Subscribe now and press the bell icon and never miss an update from Oops TV. ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਸਲਾਮ ਅਲੈਕਮ। ਤੁਸੀਂ ਕਹੋਗੇ ਹੱਸਦਾ ਕਿਵੇਂ, ਗੱਲ ਹੀ ਮਿੱਤਰੋ ਹੱਸਣ ਵਾਲੀ ਹੈ। ਰਾਤੀ ਮੈਨੂੰ ਸੁਪਨਾ ਆਇਆ, ਸੁਪਨੇ ਦੇ ਵਿੱਚ ਸਾਡੇ ਵਾਲੇ ਸਾਰੇ ਕਲਾਕਾਰ ਧਰਨਾ ਲਾਈ ਬੈਠੇ ਆ। ਕੈਪਟਨ ਸਾਹਿਬ ਨੂੰ ਕਹਿੰਦੇ ਆ ਕਿ ਕੈਪਟਨ ਸਾਹਿਬ, ਅਸੀਂ ਸਾਡੀਆਂ ਸਟੇਜਾਂ ਬੰਦ ਹੋ ਗਈਆਂ, ਸਾਡੀਆਂ ਸ਼ੂਟਿੰਗਾਂ ਬੰਦ ਹੋ ਗਈਆਂ, ਹੈ ਨਾ, ਅਤੇ ਸਾਡਾ ਕੋਈ ਹੱਲ ਕਰਾਓ, ਕਿਉਂਕਿ ਸਾਡਾ ਜਿਹੜਾ ਗਾਣਾ ਅਸੀਂ ਕਰਦੇ ਹਾਂ ਉਹ ਸਾਡਾ ਗਾਣਾ ਨਹੀਂ ਚੱਲਦਾ। ਜੇ ਗਾਣਾ ਚੱਲਦਾ ਤਾਂ ਇਕੱਲਾ ਉਹ 69 ਝੋਟੇ ਦਾ ਗਾਣਾ ਚੱਲਦਾ, ਸਿੱਧੂ ਮੂਸੇਵਾਲ ਦਾ। ਕਹਿੰਦਾ ਰਾਤੀ ਸੁਪਨੇ ਵਿੱਚ ਕਲਾਕਾਰ ਇਕੱਠੇ ਹੋ ਗਏ ਸਾਰੇ, ਰਾਤੀ ਸੁਪਨੇ ਵਿੱਚ ਕਲਾਕਾਰ ਇਕੱਠੇ ਹੋ ਗਏ ਸਾਰੇ, ਅਤੇ ਲਾਉਂਦੇ ਬੇਰੁਜ਼ਗਾਰੀ ਦੇ ਨਾਰੇ। ਕਹਿੰਦੇ ਸਾਨੂੰ ਕੋਈ ਕੰਮ ਦਿਵਾਓ ਜੀ, ਜਾਂ ਫਿਰ ਸ਼ਰਤ ਮੰਨੋ ਇੱਕ, ਸਾਡੀ ਬੜੀ ਮਿਹਰਬਾਨੀ ਹੋਊ ਤੁਹਾਡੀ, ਅਸੀਂ ਤਾਂ ਬਿਲਕੁਲ ਰਹਿ ਗਏ ਫਾਡੀ, ਜਾਂ ਤਾਂ ਸਿੱਧੂ ਮੂਸੇਵਾਲ ਦਾ ਗਾਉਣਾ ਬੰਦ ਕਰਾਓ ਜੀ, ਜਾਂ ਫਿਰ ਕਲਾਕਾਰ ਕਹਿੰਦੇ ਸਾਨੂੰ ਕੋਈ ਕੰਮ ਦਿਵਾਓ ਜੀ। ਕਹਿੰਦੇ ਸਾਡੇ ਤਾਂ ਚੱਲਣੋਂ ਹਟ ਗਏ ਗਾਣੇ, ਸਾਡੇ ਤਾਂ ਭੁੱਖੇ ਮਰਨ ਨਿਆਣੇ, ਸਾਡੇ ਚੱਲਣੋਂ ਹਟ ਗਏ ਗਾਣੇ, ਹੈਨੀ ਢੋਲੀ ਦੇ ਵਿੱਚ ਦਾਣੇ, ਤਰਸ ਥੋੜ੍ਹਾ ਤਾਂ ਖਾਓ ਜੀ। ਰਾਤੀ ਸੁਪਨੇ 'ਚ ਕਲਾਕਾਰ ਇਕੱਠੇ ਹੋ ਗਏ ਸਾਰੇ, ਅਤੇ ਲਾਉਂਦੇ ਬੇਰੁਜ਼ਗਾਰੀ ਦੇ ਨਾਰੇ, ਕਹਿੰਦੇ ਸਾਨੂੰ ਕੋਈ ਕੰਮ ਦਿਵਾਓ ਜੀ, ਜਾਂ ਫਿਰ ਅਰਜ਼ ਮੰਨੋ ਇੱਕ, ਸਾਡੀ ਬੜੀ ਮਿਹਰਬਾਨੀ ਹੋਊ ਕੈਪਟਨ ਸਾਹਿਬ ਤੁਹਾਡੀ, ਅਸੀਂ ਤਾਂ ਬਿਲਕੁਲ ਰਹਿ ਗਏ ਫਾਡੀ, ਆ ਸਿੱਧੂ ਮੂਸੇਵਾਲ ਨੂੰ ਜਾਂ ਤਾਂ ਗਾਉਣਾ ਬੰਦ ਕਰਾਓ ਜੀ, ਜਾਂ ਫਿਰ ਸਾਨੂੰ ਕਹਿੰਦੇ ਕੋਈ ਕੰਮ ਦਿਵਾਓ ਜੀ। ਕਹਿੰਦੇ ਜਿੱਧਰ ਦੇਖੋ ਬੰਬੀਹਾ ਬੋਲੇ, ਕਰਤੇ ਹੱਡ ਵੈਰੀ ਦੇ ਪੋਲੇ, ਹੱਡ ਵੈਰੀ ਦੇ ਪੋਲੇ ਨਹੀਂ, ਕਹਿੰਦੇ ਜਿੱਧਰ ਦੇਖੋ ਬੰਬੀਹਾ ਬੋਲੇ, ਕਲਾਕਾਰ ਪਾਤੇ ਸਭ ਪੋਲੇ, ਲੁਕੀਏ ਜਾ ਕੇ ਕਿਹਦੇ ਓਲੇ, ਤੁਸੀਂ ਕੋਈ ਹੱਲ ਕਢਾਓ ਜੀ। ਕਲਾਕਾਰ ਇਕੱਠੇ ਹੋ ਗਏ ਸਾਰੇ, ਅਤੇ ਲਾਉਂਦੇ ਬੇਰੁਜ਼ਗਾਰੀ ਦੇ ਨਾਰੇ, ਕਹਿੰਦੇ ਸਾਨੂੰ ਕੋਈ ਕੰਮ ਦਿਵਾਓ ਜੀ, ਜਾਂ ਫਿਰ ਸਿੱਧੂ ਮੂਸੇਵਾਲ ਦਾ ਗਾਉਣਾ ਬੰਦ ਕਰਾਓ ਜੀ। ਕਹਿੰਦੇ ਕਿਹੜੇ ਹੌਂਸਲੇ ਚੰਡੀਗੜ੍ਹ ਬੜੀਏ, ਤੁਹਾਨੂੰ ਪਤਾ ਵੀ 88 ਹੋ ਗਿਆ, ਹੋਮਲੈਂਡ ਹੋ ਗਿਆ, ਉੱਥੇ ਰੈਂਟ 'ਤੇ ਬੈਠੇ ਆ ਸਾਰੇ ਕਲਾਕਾਰ, ਹੁਣ ਸਟੇਜਾਂ ਬੰਦ ਹੋ ਗਈਆਂ, ਫਲੈਟ ਦਾ ਰੈਂਟ ਦੇਣਾ ਔਖਾ ਹੋ ਗਿਆ, ਹੈ ਨਾ। ਕਹਿੰਦੇ ਕਿਹੜੇ ਹੌਂਸਲੇ ਹੋਮਲੈਂਡ ਬੜੀਏ, ਕਿਹੜੇ ਹੌਂਸਲੇ ਹੋਮਲੈਂਡ ਬੜੀਏ, ਕਿੱਦਾਂ ਰੈਂਟ ਫਲੈਟ ਦਾ ਭਰੀਏ, ਇਹ ਪੱਟੂ ਪਿੰਡ ਵਿੱਚ ਭਾਵੇਂ ਰਹਿੰਦਾ ਤਾਂ ਵੀ ਭਾਰਾ ਸਭ 'ਤੇ ਪੈਂਦਾ, ਇਹ ਪੱਟੂ ਪਿੰਡ ਵਿੱਚ ਭਾਵੇਂ ਰਹਿੰਦਾ ਤਾਂ ਵੀ ਭਾਰੂ ਸਭ 'ਤੇ ਪੈਂਦਾ, ਸਾਡਾ ਕੋਈ ਹੱਲ ਕਰਾਓ ਜੀ। ਇਕੱਠੇ ਹੋ ਗਏ ਕਲਾਕਾਰ ਸਾਰੇ, ਅਤੇ ਲਾਉਂਦੇ ਬੇਰੁਜ਼ਗਾਰੀ ਦੇ ਨਾਰੇ, ਕਹਿੰਦੇ ਸਾਨੂੰ ਕੋਈ ਕਿਰਪਾ ਕਰਕੇ ਕੰਮ ਦਿਵਾਓ ਜੀ, ਜਾਂ ਫਿਰ ਸਿੱਧੂ ਮੂਸੇਵਾਲ ਦਾ ਗਾਉਣਾ ਬੰਦ ਕਰਾਓ ਜੀ। ਕੀ ਨਿੱਕਾ ਕੀ ਨਿਆਣਾ, ਕਹਿੰਦੇ ਕੀ ਨਿੱਕਾ ਕੀ ਨਿਆਣਾ, ਮੁੰਡਾ ਖੁੰਡਾ ਬੁੜਾ ਕੀ ਸਿਆਣਾ, ਰੱਟਦਾ ਫਿਰੇ ਪੱਟੂ ਦਾ ਗਾਣਾ, ਗਾਉਂਦਾ ਫਿਰੇ 69 ਦਾ ਗਾਣਾ, ਇਹਨਾਂ ਨੂੰ ਸਮਝਾਓ ਜੀ। ਰਾਤੀ ਸੁਪਨੇ ਵਿੱਚ ਕਲਾਕਾਰ ਇਕੱਠੇ ਹੋ ਗਏ ਸਾਰੇ, ਅਤੇ ਲਾਉਂਦੇ ਬੇਰੁਜ਼ਗਾਰੀ ਦੇ ਨਾਰੇ, ਕਹਿੰਦੇ ਸਾਨੂੰ ਕੋਈ ਕੰਮ ਦਿਵਾਓ ਜੀ, ਜਾਂ ਫਿਰ ਸਿੱਧੂ ਮੂਸੇਵਾਲ ਨੂੰ ਗਾਉਣਾ ਬੰਦ ਕਰਾਓ ਜੀ। ਇਹ ਸਿਰਫ ਮਜ਼ਾਕ ਸੀਗਾ, ਇਹਨੂੰ ਸੀਰੀਅਸ ਨਾ ਲਿਓ, ਪਰ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਲੋਕਡਾਊਨ ਚੱਲਦਾ, ਮੈਨੂੰ ਲੱਗਦਾ ਹੈ ਕਿ ਵੀ ਇੱਦਾਂ ਦੀ ਆਫਤ ਆ ਸਕਦੀ ਹੈ, ਕਿਉਂਕਿ ਕਲਾਕਾਰਾਂ ਦੇ ਸਾਰੇ ਪ੍ਰੋਗਰਾਮ ਬੰਦ ਹੋ ਗਏ, ਸਾਜੀਆਂ ਤੋਂ ਲੈ ਕੇ ਸਪੋਰਟ ਬਾਏ ਤੋਂ ਲੈ ਕੇ ਪ੍ਰੋਡਕਸ਼ਨ ਸਾਰੀ ਬਿਲਕੁਲ ਵਿਹਲੀ ਹੋਈ ਬੈਠੀ ਹੈ। ਗਾਣਾ ਚੱਲਦਾ ਤਾਂ ਸਿੱਧੂ ਮੂਸੇਵਾਲ ਦਾ ਚੱਲਦਾ, ਅਤੇ ਸਿੱਧੂ ਮੂਸੇਵਾਲਾ ਵੀਰਾ ਵੀ ਗੁੱਸਾ ਨਾ ਕਰੇ, ਸਾਡਾ ਅਜੀਜ਼ ਮਿੱਤਰ ਸਾਡਾ ਭਰਾ ਹੈ, ਇਹ ਸਿਰਫ ਫਨਸਨ ਸੀਗਾ।